ਸੰਜੇ ਸਿੰਘ ਖਿਲਾਫ ਬਿਕਰਮ ਸਿੰਘ ਮਜੀਠੀਆ ਨੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਔਰ ਉਸੇ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਅਦਾਲਤ ਵਿੱਚ ਜਾਂਦੇ ਨੇ, ਪੇਸ਼ੀ ਹੁੰਦੀ ਹੈ ਔਰ ਪੇਸ਼ੀ ਤੋਂ ਬਾਹਰ ਆ ਕੇ ਇਸ ਗੱਲ ਦਾ ਦਾਅਵਾ ਕਰਦੇ ਕਿ ਸੰਜੇ ਸਿੰਘ ਤਾਂ ਆਉਂਦੇ ਹੀ ਨਹੀਂ ਔਰ ਨਾਲ ਦੀ ਨਾਲ ਯਾਦ ਕਰਾਉਂਦੇ ਨੇ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ ਸੀ ਬਿਕਰਮ ਸਿੰਘ ਮਜੀਠੀਆ ਤੋਂ। ਸਿੱਧੇ ਤੌਰ ਦੇ ਉੱਤੇ ਇਸ ਪੂਰੇ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ 'ਤੇ ਵਰਦੇ ਨਜ਼ਰ ਆਏ ਬਿਕਰਮ ਸਿੰਘ ਮਜੀਠੀਆ। ਉਹਨਾਂ ਨੇ ਇਕੱਲੀ ਇਕੱਲੀ ਗੱਲ ਪੁਰਾਣੀ ਯਾਦ ਕਰਾਈ ਹੈ, ਦਿੱਲੀ ਵਿੱਚ ਕੀ ਚੱਲ ਰਿਹਾ ਹੈ, ਪੰਜਾਬ 'ਚ ਕੀ ਚੱਲ ਰਿਹਾ, ਇਕੱਲਾ ਇਕੱਲਾ ਤੱਥ ਯਾਦ ਕਰਾਇਆ ਔਰ ਖਾਸ ਕਰਕੇ ਸੰਜੇ ਸਿੰਘ ਨੂੰ ਜਿਨ੍ਹਾਂ ਦੇ ਖਿਲਾਫ਼ ਇਹ ਮਾਮਲਾ। ਕਹਿੰਦੇ ਸੰਜੇ ਸਿੰਘ ਤਾਂ ਆਉਂਦੇ ਹੀ ਨਹੀਂ ਹੈ ਪੇਸ਼ੀ ਦੇ ਉੱਤੇ, ਜਦਕਿ ਬਿਕਰਮ ਸਿੰਘ ਮਜੀਠੀਆ ਇੱਕ ਵਾਰੀ ਵੀ ਪੇਸ਼ੀ ਤੋਂ ਲੇਟ ਨਹੀਂ ਹੁੰਦੇ। ਇਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਉਹ ਵੀ ਟਾਈਮ ਸੀ ਜਦੋਂ SIT ਨੇ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਡਰੱਗ ਮਾਮਲੇ ਲਈ ਸੱਦਿਆ ਸੀ, ਜਾਂਚ ਲਈ ਸੱਦਿਆ ਸੀ, ਅਤੇ ਉਸ ਵੇਲੇ ਬਿਕਰਮ ਮਜੀਠੀਆ ਉੱਥੇ ਪੇਸ਼ ਨਹੀਂ ਹੋਏ, ਸਗੋਂ ਇਸ ਮਾਮਲੇ ਸੰਬੰਧੀ ਜਿਹੜਾ ਉਹਨਾਂ ਨੇ ਕੇਸ ਕੀਤਾ ਹੋਇਆ ਮਾਣਹਾਨੀ ਦਾ, ਉਸ ਮਾਮਲੇ ਸੰਬੰਧੀ ਪੇਸ਼ੀ ਦੇ ਉੱਤੇ ਅਦਾਲਤ ਜਾ ਪਹੁੰਚੇ ਸੀ, ਜਿਸ ਤੋਂ ਇਹ ਸਾਫ਼ ਕਲੀਅਰ ਹੁੰਦਾ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਹੁਣ ਇਸ ਮਾਮਲੇ ਤੋਂ ਪਛਾਣ ਤਾਂ ਨਹੀਂ ਹਟਦੇ। ਖੈਰ, ਸੰਜੇ ਸਿੰਘ ਦਾ ਭਵਿੱਖ ਕੀ ਕਹਿੰਦਾ ਇਸ ਮਾਮਲੇ ਸੰਬੰਧੀ, ਜਾਂ ਬਿਕਰਮ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਇਸ ਮਾਮਲੇ ਸੰਬੰਧੀ, ਸੰਜੇ ਸਿੰਘ ਕੀ ਪੇਸ਼ ਹੋਣਗੇ ਨਹੀਂ ਹੋਣਗੇ, ਇਹ ਵਕਤ ਦੱਸਦਾ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਮਜੀਠੀਆ ਨੇ ਜਿਹੜੀਆਂ ਗੱਲਾਂ ਕੀਤੀਆਂ, ਆਓ ਸੁਣਦੇ ਹਾਂ। ਇਹ ਉਹੀ ਕੇਸ ਹੈ ਜਿਹਦੇ 'ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫ਼ੀ ਮੰਗੀ ਸੀ। ਇਹ ਉਹੀ ਕੇਸ ਹੈ ਜਿਹਦੇ 'ਚ ਆਸ਼ੀਸ਼ ਕੈਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫ਼ੀ ਮੰਗੀ ਸੀ। ਔਰ ਇਹਦੇ 'ਚ ਜਿਹੜੇ ਤੀਜੇ ਅਕਿਊਜ਼ਡ ਨੇ ਉਹ ਸੰਜੇ ਸਿੰਘ, ਉਹ ਕਿਉਂਕਿ ਤੁਹਾਨੂੰ ਵੀ ਪਤਾ ਵਿੱਚ ਅੰਦਰ ਵੀ ਹੋ ਗਏ, ਪਤਾ ਨਹੀਂ ਅੱਜ ਕੱਲ੍ਹ ਅੰਦਰ ਨੇ ਕਿ ਬਾਹਰ ਨੇ, ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ 'ਤੇ ਆ ਨਹੀਂ ਰਹੇ। ਮੈਂ ਅੱਜ ਵੀ ਆਨਰੇਬਲ ਜੱਜ ਸਾਹਿਬ ਨੂੰ, ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ, ਕਿਉਂਕਿ ਕੇਸ ਉਹਨਾਂ 'ਤੇ ਡੈਫਾਮੇਸ਼ਨ ਦਾ ਮੈਂ ਕੀਤਾ। ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਔਰ ਆਸ਼ੀਸ਼ ਖੇਤਾਨ ਮੇਰੇ ਕੋਲੋਂ ਮਾਫ਼ੀ ਮੰਗ ਕੇ ਆਪਦੀ ਗਲਤੀ ਨੂੰ, ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ, ਅਤੇ ਦਾਸ ਨੇ ਉਹ ਮੌਕਾ ਦਿੱਤਾ। ਹਾਲ ਇਹਦੇ ਵੀ ਉਹੀ ਹੋਣੇ ਅਖੀਰ 'ਚ, ਸੋ ਉਹਦੀ ਤਰੀਕ ਸੀ ਅੱਜ, ਉਸ 'ਚ ਅੱਜ ਪੇਸ਼ ਹੋਏ। ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ, ਉਹ ਜਦੋਂ ਵੀ ਉਹ ਤਰੀਕ ਹੁੰਦੀ ਹੈ ਤਾਂ ਕਿਵੇਂ ਨਾ ਕਿਵੇਂ ਤਰੀਕ ਆ, ਉਸੇ ਤਰੀਕ 'ਤੇ ਮੈਨੂੰ ਹੋਰ ਸਿੱਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ। ਸੋ ਅੱਜ ਇਹ ਸਾਰੇ ਮੈਟਰ 'ਚ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ ਔਰ ਕੋਰਟ ਨੇ, ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਇਓ ਅਗਲੀ ਵਾਰੀ, ਕਿਉਂਕਿ ਮੈਨੂੰ ਲੱਗਦਾ 97 ਵਾਰੀ 'ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ। ਸੋ ਘਬਰਾਹਟ ਹੈ ਉਹਨਾਂ ਨੂੰ, ਕੀ ਆ, ਘਬਰਾਓ ਨਾ ਭਾਈ, ਮੈਂ ਹੱਥ ਫੜ ਕੇ ਲੈ ਆਊਂਗਾ, ਆਓ ਸਾਹਮਣੇ ਪੇਸ਼ ਹੋ ਅਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬਹਿ ਕੇ ਕਰੀਏ।